ਨਾ ਦਲੀਲ ਨਾ ਮਹਾਤਮਾ ਗਾਂਧੀ ਜੀ ਨੇ ਪੂਰੇ ਦੇਸ਼ ਚ ਅੰਦੋਲਨ ਚਲਾਇਆ ਕਿ ਰੋਲ ਟੈਕਸ ਵਾਪਸ ਲਓ। ਅੰਮ੍ਰਿਤਸਰ ਦੇ ਰਹਿਸੀ ਡਾਕਟਰ ਸਤਪਾਲ ਦੇ ਡਾਕਟਰ ਸਿੱਧੂ ਜੀ ਨੇ ਅਗਵਾਈ ਕੀਤੀ, ਇਹ ਅੰਦੋਲਨ ਦਾ ਵਿਰੋਧ ਕੀਤਾ, ਪਰ ਅੰਗਰੇਜ਼ਾਂ ਨੇ ਉਹਨਾਂ ਦੋਨੋਂ ਸਾਈਡ ਦੇ ਦੇਸ਼ ਬਣ ਗਏ। ਉਹਨਾਂ ਨੂੰ ਛੁਡਾਉਣ ਵਾਸਤੇ ਜਿਲ੍ਹੇ ਵਾਲੇ ਬਾਗ ਦੇ ਵਿੱਚ ਹਜ਼ਾਰਾਂ ਲੋਕ ਇਕੱਠੇ ਹੋਏ। ਅੰਗਰੇਜ਼ਾਂ ਨੇ ਇਹਨਾਂ ਨਿਹੱਥੇ ਲੋਕਾਂ 'ਤੇ ਗੋਲੀਆਂ ਚਲਾਈਆਂ, ਜਿਸ 'ਚ ਬਹੁਤ ਲੋਕ ਸ਼ਹੀਦ ਹੋ। ਉਹ ਜਦੋਂ ਐਂਟਰੀ ਗੇਟ ਦੇਖ ਰਹੇ ਹੋ, ਉੱਥੇ ਜਨਰਲ ਡਾਇਰ ਖੜਾ ਹੋ ਕੇ ਆਪਣੀ ਸੈਨ ਲੈ ਕੇ ਤੋਪ ਲੈ ਕੇ ਸੋਨਾ ਲੈ ਕੇ ਸਿੱਖਾ ਲੈ ਕੇ, ਉਹ ਰਸਤਾ ਕੋਈ ਨਹੀਂ ਚਲਾਉਂਦਾ। ਉਹ ਰਸਤਾ ਸਿਰਫ ਉਹੀ ਸੀ ਛੋਟੀ ਜਿਹੀ ਕੰਧ, ਬਾਕੀ ਚਾਰੋਂ ਪਾਸੇ ਘਰ ਬਣੇ, ਉਹ ਲੋਕ ਕਿਤੇ ਨਹੀਂ ਜਾ ਸਕਦੇ। ਇਹ ਸਾਰੇ ਨੇ ਇੱਥੇ ਲੋਕਾਂ ਨੇ ਗੋਲੀਆਂ ਚਲਾਈਆਂ। ਉਹਦੇ ਵਿੱਚ ਇੱਕ ਛੋਟਾ ਜਿਹਾ ਬਾਲਕ ਸੀ ਊਧਮ ਸਿੰਘ, ਜਦੋਂ ਉਹਨਾਂ ਨੂੰ ਲਗਭਗ 13 ਸਾਲ ਸੀ। ਉਹਨਾਂ ਨੇ ਸਾਰਾ ਕਾਂਡ ਦੇਖਿਆ ਆਪਣੀ ਅੱਖਾਂ 'ਚ। ਉਹਨਾਂ ਨੇ ਕਸਮ ਖਾਧੀ ਕਿ ਮੈਂ ਜਿਹੜਾ ਨਿਹੱਥੇ ਲੋਕਾਂ ਦੇ ਗੋਲੀਆਂ ਚਲਾਈ ਗਏ ਨੇ, ਇਹਦਾ ਬਦਲਾ ਲਵਾਂਗਾ। ਉਹਨਾਂ ਨੇ ਇਹਦਾ ਬਦਲਾ ਲਿਆ। ਜਿਹੜਾ ਇੱਥੇ ਸਾਡੇ ਗੋਲੀ ਚੱਲੀ, ਉਹ 'ਚ 3 ਲੋਕ ਜ਼ਿੰਮੇਵਾਰ ਸਨ। ਇੱਕ ਤਾਂ ਪੰਜਾਬ ਦੇ ਗਵਰਨਰ, ਇੱਕ ਡੀ ਸੀ ਸਾਹਿਬ, ਇੱਕ ਜਨਰਲ ਡਾਇਰ ਮਾਈਕਲ ਡਵਾਇਰ, ਉਸ ਵੇਲੇ ਪੰਜਾਬ ਦੇ ਜਨਰਲ ਗਵਰਨਰ। ਉਹਨਾਂ ਨੇ ਜਨਰਲ ਡਾਇਰ ਨੂੰ ਭੇਜਿਆ ਸੀ। ਜਨਰਲ ਡਾਇਰ ਦੀ ਲਗਭਗ 1927 ਦੇ ਵਿੱਚ ਬਿਮਾਰੀ ਕਰਕੇ ਮੌਤ ਹੋ ਗਈ, ਪਰ ਊਧਮ ਸਿੰਘ ਜੀ ਨੇ ਇਸ ਦਾ ਬਦਲਾ ਮਾਈਕਲ ਡਵਾਇਰ ਨੂੰ ਮਾਰ ਕੇ ਉਹਨਾਂ ਦਾ ਲਿਆ ਬਦਲਾ। ਉਹਨਾਂ ਆਪਣੀ ਪਿਸਤੌਲ ਕਿਤਾਬ ਦੇ ਵਿੱਚ ਪਿਸਤੌਲ ਲਗਾਈ, ਤੁਸੀਂ ਦੇਖਿਆ ਨਸਲਾਂ ਦੇ ਵਿੱਚ ਜੋ ਕਿ ਜਿੱਥੇ ਉਹਦਾ ਸਮਾਗਮ ਹੋ ਰਿਹਾ ਸੀ ਅੰਦਰ ਉੱਥੇ ਆਲੇ ਜਾਂਦੇ ਗੈਰ ਸੀ, ਉਹਨੇ ਪਿਸਤੌਲ ਲਈ ਆਪਣੀ ਉਸ ਕੁੰਬ ਦੇ ਵਿੱਚ ਰੱਖੀ, ਉਹ ਅੰਦਰ ਚਲੇ ਗਏ। ਉਹ ਗੋਲੀਆਂ ਚਲਾ ਕੇ ਉਹਨੂੰ ਸ਼ਹੀਦ ਕਰਤਾ ਉੱਥੇ ਮਾਰਤਾ। ਉਹ ਚਾਹੁੰਦੇ ਤਾਂ ਭੱਜ ਸਕਦੇ ਸੀ, ਪਰ ਉਹਨੇ ਕਹਿੰਦੇ ਨਹੀਂ, ਮੇਰਾ ਆਪਣਾ ਜ਼ਿੰਦਗੀ ਦਾ ਮਕਸਦ ਹੀ ਪੂਰਾ ਹੋ ਗਿਆ, ਮੈਂ ਸੱਪ ਨੂੰ ਮਾਰਨਾ ਸੀ ਉਹਨੂੰ ਮਾਰਤਾ, ਬਾਕੀ ਪਰਮਾਤਮਾ ਜੋ ਵੀ ਫਾਇਦਾ ਹੀ ਬਾਅਦ ਅੰਗਰੇਜ਼ਾਂ ਨੇ ਉਹਨੂੰ ਫਾਂਸੀ ਸਜ਼ਾ ਦੇ ਦਿੱਤੀ। ਉਹ ਸ਼ਹੀਦ ਵਾਸਤੇ ਅਸੀਂ ਪ੍ਰਣਾਮ ਕਰਦੇ ਹਾਂ। ਪਿੱਛੇ ਤੁਸੀਂ ਲਾਸ਼ ਦੇਖ ਰਹੇ, ਇਹ ਸਾਰੇ ਸ਼ਹੀਦਾਂ ਦੇ ਯਾਦ ਕਰਕੇ ਖੜੇ, ਆਪਣਾ ਪ੍ਰਣਾਮ ਕਰੋ ਜਿਹਨਾਂ ਦੇ ਸ਼ਹੀਦਾਂ ਨੇ, ਜਿਹਨਾਂ ਦੇਸ਼ ਭਗਤਾਂ ਨੇ ਆਪਣੀ ਜਾਨਾਂ ਮਾਰ ਕੇ ਸਮਾਂ ਜਾਰੀ ਕਰਵਾਈ ਹੈ। ਅਸੀਂ ਉਹਨਾਂ ਨੇ ਬਹੁਤ ਬਹੁਤ